ਕੈਨੇਡਾ ਦਾ ਬ੍ਰੈਂਪਟਨ ਸ਼ਹਿਰ ਫਿਰ ਤੋਂ ਸੁਰਖੀਆਂ ਦੇ ਵਿੱਚ। ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਫਿਰ ਜ਼ਬਰਦਸਤ ਗੋਲੀਬਾਰੀ ਹੋਈ ਹੈ। ਇਹ ਗੋਲੀਬਾਰੀ ਹਾਈ ਸਕੂਲ ਦੇ ਬਾਹਰ ਹੋਈ ਹੈ, ਜਿਸ ਦੇ ਦੌਰਾਨ 17 ਸਾਲ ਦੇ ਪੰਜਾਬੀ ਨੇ ਪੁਲਿਸ ਨੂੰ ਵਕਤ ਪਾਇਆ ਹੋਇਆ। ਤੁਹਾਨੂੰ ਦੱਸ ਦਈਏ ਕਿ ਪੀਲ ਰੀਜਨ ਪੁਲਿਸ ਨੇ ਸ਼ੁੱਕਰਵਾਰ ਨੂੰ ਬ੍ਰੈਂਪਟਨ ਦੇ ਵਿੱਚ ਇੱਕ ਹਾਈ ਸਕੂਲ ਦੇ ਬਾਹਰ ਹੋਈ ਗੋਲੀਬਾਰੀ ਦੇ ਸੰਬੰਧ 'ਚ ਇੱਕ ਸ਼ੱਕੀ ਦੀ ਪਛਾਣ ਕੀਤੀ ਹੈ। ਜਿਹੜੀਆਂ ਤਸਵੀਰਾਂ ਤੁਸੀਂ ਸਾਡੀ ਸਕਰੀਨ ਤੇ ਦੇਖ ਰਹੇ ਹੋ, ਇਹ ਨੌਜਵਾਨ ਸਿਰਫ 17 ਸਾਲਾਂ ਦਾ ਹੈ, ਜੋ ਕਿ ਪੰਜਾਬੀ ਮੂਲ ਦਾ ਦੱਸਿਆ ਜਾ ਰਿਹਾ ਹੈ। ਇਸ ਗੋਲੀਬਾਰੀ ਦੇ ਦੌਰਾਨ ਇੱਕ 18 ਸਾਲਾ ਵਿਦਿਆਰਥੀ ਨੂੰ ਜਾਨਲੇਵਾ ਸੱਟਾਂ ਵੀ ਲੱਗੀਆਂ ਨੇ। ਪੁਲਿਸ ਨੇ ਦੁਪਹਿਰ ਤੋਂ ਥੋੜੀ ਦੇਰ ਬਾਅਦ ਗੋਡ ਰੋਡ ਅਤੇ ਫਿਜ਼ਪੈਟ੍ਰਿਕ ਡਰਾਈਵ ਦੇ ਖੇਤਰ ਦੇ ਵਿੱਚ ਗੋਲੀਬਾਰੀ ਲਈ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਗੋਲੀਬਾਰੀ ਇੱਕ ਹਾਈ ਸਕੂਲ ਦੀ ਪਿਛਲੀ ਪਾਰਕਿੰਗ ਦੇ ਵਿੱਚ ਹੋਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਦੱਸਿਆ ਕਿ ਸਕੂਲ ਦਾ ਇੱਕ 18 ਸਾਲਾਂ ਦਾ ਵਿਦਿਆਰਥੀ ਹੁਣ ਸਥਿਰ ਪਰ ਜਾਨਲੇਵਾ ਹਾਲਤ ਵਿੱਚ ਸੂਚੀਬੱਧ ਹੈ। ਇੱਕ ਬਿਆਨ ਦੇ ਵਿੱਚ ਪੀਲ ਰੀਜਨਲ ਸਕੂਲ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕੈਸਲਬੂਰ ਸੈਕੰਡਰੀ ਸਕੂਲ ਦੇ ਬਾਹਰ ਹੋਈ ਹੈ। ਇੱਕ ਬਿਆਨ ਦੇ ਵਿੱਚ ਪੀਲ ਸਕੂਲ ਬੋਰਡ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕੈਸਲਬਰੂਕ ਸੈਕੰਡਰੀ ਸਕੂਲ ਦੇ ਬਾਹਰ ਹੋਈ ਹੈ। ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਸੀ ਅਤੇ ਜਾਂਚ ਕੀਤੀ ਜਾ ਰਹੀ ਹੈ। ਵਿਦਿਆਰਥੀ ਨੂੰ ਹਸਪਤਾਲ ਵੀ ਲਿਜਾਇਆ ਗਿਆ। ਇਸ ਸਮੇਂ ਪੁਲਿਸ ਦੇ ਕੋਲ ਸਾਂਝਾ ਕਰਨ ਲਈ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਸਕੂਲ ਬੋਰਡ ਦਾ ਬਿਆਨ ਵੀ ਸਾਹਮਣੇ ਆਇਆ। ਸਕੂਲ ਬੋਰਡ ਨੇ ਇਹ ਵੀ ਆਖਿਆ ਕਿ ਕੈਸਲਬਰੂਕ ਸੈਕੰਡਰੀ ਸਕੂਲ ਦਾ ਸਟਾਫ ਅਤੇ ਸਕੂਲ ਬੋਰਡ ਦਾ ਸਟਾਫ ਪੀਲ ਰੀਜਨ ਪੁਲਿਸ ਨਾਲ ਮਿਲ ਕੇ ਜਾਂਚ ਤੇ ਕੰਮ ਕਰ ਰਿਹਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਗੋਲੀਬਾਰੀ ਕਾਰਨ ਖੇਤਰ ਦੇ ਕਈ ਸਕੂਲ ਤਾਲਾਬੰਦ ਸਨ, ਪਰ ਉਦੋਂ ਤੋਂ ਇਹ ਹੁਕਮ ਹਟਾ ਦਿੱਤੇ ਗਏ ਨੇ। ਬੋਰਡ ਨੇ ਇਹ ਵੀ ਕਿਹਾ ਹੈ ਕਿ ਇਹ ਵਰਤਮਾਨ ਦੇ ਵਿੱਚ ਕੈਸਲਬਰੂਕ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਤੇ ਸਟਾਫ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਬੋਰਡ ਨੇ ਅੱਗੇ ਵੀ ਦੱਸਿਆ ਕਿ ਸਾਡੇ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ, ਤੰਦਰੁਸਤੀ ਅਤੇ ਮਾਨਸਿਕ ਸਿਹਤ ਸਾਡੀ ਪ੍ਰਮੁੱਖ ਤਰਜੀਹ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਪੁਲਿਸ ਨੇ ਸ਼ੱਕੀ ਦਾ ਨਾਮ ਅਤੇ ਫੋਟੋ ਵੀ ਜਾਰੀ ਕਰਨ ਲਈ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਨਿਆਇਕ ਅਧਿਕਾਰ ਪ੍ਰਾਪਤ ਕਰ ਲਏ ਨੇ। ਪੁਲਿਸ ਨੇ ਟੇਸੀ ਦੇ ਰੰਗ ਰੂਪ ਬਾਰੇ ਵੀ ਸਾਰੀ ਜਾਣਕਾਰੀ ਸਾਂਝੀ ਕੀਤੀ ਅਤੇ ਉਸ ਦੀਆਂ ਫੋਟੋਆਂ ਵੀ ਜਨਤਕ ਕਰ ਦਿੱਤੀਆਂ ਨੇ। ਨੌਜਵਾਨ ਸਿਰਫ 17 ਸਾਲਾਂ ਦਾ ਹੈ। ਪੁਲਿਸ ਨੇ ਕਿਹਾ ਕਿ ਉਹ ਨੌਜਵਾਨ ਹਥਿਆਰਬੰਦ ਹੈ ਅਤੇ ਖਤਰਨਾਕ ਮੰਨਿਆ ਜਾ ਰਿਹਾ ਤੇ ਜੋ ਵੀ ਉਸ ਨੂੰ ਦੇਖਦਾ ਹੈ ਤਾਂ ਉਸ ਨੂੰ ਉਸ ਦੇ ਕੋਲ ਜਾਣ ਦੀ ਬਜਾਏ ਪੁਲਿਸ ਨੂੰ ਸੰਪਰਕ ਕਰਨਾ ਚਾਹੀਦਾ। ਪੁਲਿਸ ਨੇ ਦੱਸਿਆ ਕਿ ਸ਼ੱਕੀ ਹਥਿਆਰਬੰਦ ਅਤੇ ਖਤਰਨਾਕ ਮੰਨਿਆ ਜਾ ਰਿਹਾ। ਜਨਤਾ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਜੇਕਰ ਉਹ ਉਹਨੂੰ ਦੇਖਦੇ ਨੇ ਤਾਂ ਉਹਦੇ ਨੇੜੇ ਨਾ ਜਾਣ ਅਤੇ ਪੁਲਿਸ ਨੂੰ ਤੁਰੰਤ 911 ਤੇ ਕਾਲ ਕਰਕੇ ਉਸ ਬਾਰੇ ਜਾਣਕਾਰੀ ਦੇ ਦੇਣ। ਪੁਲਿਸ ਨੇ ਦੱਸਿਆ ਕਿ ਸ਼ੱਕੀ ਇੱਕ ਵਾਹਨ ਵਿੱਚ ਭੱਜ ਗਿਆ ਸੀ, ਪਰ ਅਜੇ ਤੱਕ ਵਾਹਨ ਦੀ ਕੋਈ ਵੀ ਵੇਰਵਾ ਜਾਰੀ ਨਹੀਂ ਕੀਤਾ ਗਿਆ। ਪੁਲਿਸ ਕਾਂਸਟੇਬਲ ਮਨਦੀਪ ਖਟੜਾ ਨੇ ਕਿਹਾ ਕਿ ਸਾਡੇ ਅਧਿਕਾਰੀ ਇਸ ਸਮੇਂ ਖੇਤਰ ਦੇ ਵਿੱਚ ਤਫਦੀਸ਼ ਕਰ ਰਹੇ ਨੇ, ਗਵਾਹਾਂ ਨਾਲ ਗੱਲ ਕਰ ਰਹੇ ਨੇ, ਸਕੂਲ ਬੋਰਡ ਅਤੇ ਮੈਂਬਰਾਂ ਨਾਲ ਨੇੜਿਓਂ ਕੰਮ ਕਰ ਰਹੇ ਨੇ, ਜੋ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸਲ ਵਿੱਚ ਘਟਨਾ ਕਿਵੇਂ ਵਾਪਰੀ ਹੈ। ਸਰਗਰਮੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸ਼ੱਕੀ ਨੂੰ ਲੱਭਣ ਦੀ ਕੋਸ਼ਿਸ਼ਾਂ ਵੀ ਜਾਰੀ ਨੇ। ਜਨਤਾ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜੇਕਰ ਇਹ ਤਸਵੀਰਾਂ ਦੇਖ ਰਹੇ ਨੇ, ਉਹਨਾਂ ਨੂੰ ਅਗਰ ਇਸ ਸ਼ੱਕੀ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਪੁਲਿਸ ਨਾਲ ਸੰਪਰਕ ਕਰਨ। ਪੁਲਿਸ ਦੇ ਕਾਂਸਟੇਬਲ ਮਨਦੀਪ ਖਟੜਾ ਨੇ ਇਹ ਵੀ ਕਿਹਾ ਕਿ ਅਸੀਂ ਜਨਤਾ ਵਿੱਚ ਕਿਸੇ ਵੀ ਵਿਅਕਤੀ ਨੂੰ ਪੁੱਛ ਰਹੇ ਹਾਂ ਜੋ ਕਿ ਉਸ ਖੇਤਰ ਵਿੱਚ ਸੀ ਅਤੇ ਕੋਲ ਸੈੱਲ ਫੋਨ ਦੀ ਫੁਟੇਜ, ਡੈਸ਼ ਕੈਮ ਦੀ ਫੁਟੇਜ ਜੇਕਰ ਤੁਹਾਡੇ ਕੋਲ ਹੈਗੀ ਹੈ, ਤੁਸੀਂ ਉਹਨੂੰ ਦੇਖਿਆ ਹੋਵੇ ਤਾਂ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਰਪਾ ਕਰਕੇ ਅਧਿਕਾਰਤ ਜਾਂਚ ਬਿਊਰੋ ਦੇ ਨਾਲ 9054532121 ਤੇ ਸੰਪਰਕ ਕਰਨ। ਇਹਦਾ ਐਕਸਟੈਂਸ਼ਨ 2133 ਵੀ ਹੈ। ਜੇਕਰ ਤੁਸੀਂ ਆਪਣੀ ਜਾਣਕਾਰੀ ਜਨਤਕ ਨਹੀਂ ਕਰਨਾ ਚਾਹੁੰਦੇ ਤਾਂ ਕ੍ਰਾਈਮ ਸਟਾਪਰਸ ਤੇ ਜਾ ਕੇ ਵੀ ਪੁਲਿਸ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਬ੍ਰੈਂਪਟਨ ਦੇ ਲਗਾਤਾਰ ਲੱਗਦਾ ਹੈ ਕਿ ਹਾਲਾਤ ਵਿਗੜਦੇ ਜਾ ਰਹੇ ਨੇ ਅਤੇ ਇਸ ਦੇ ਵਿੱਚ ਹੋਰ ਕਿਸੇ ਦਾ ਨਹੀਂ ਬਲਕਿ ਪੰਜਾਬੀਆਂ ਦਾ ਨਾਮ ਹੀ ਆਏ ਦਿਨ ਸਾਹਮਣੇ ਆਉਂਦਾ ਹੈ। ਕਦੇ ਤਾਂ ਕਿਸੇ ਬ੍ਰੈਂਪਟਨ ਦੇ ਪਲਾਜ਼ੇ ਦੇ ਵਿੱਚ ਹੁੱਲੜਬਾਜ਼ੀ ਹੋ ਰਹੀ ਹੁੰਦੀ ਹੈ, ਕਦੇ ਸੜਕਾਂ ਤੇ ਲਗਾਤਾਰ ਗੱਡੀਆਂ ਭਜਾਈਆਂ ਜਾਂਦੀਆਂ ਨੇ ਤੇ ਹੁਣ ਤਾਂ ਹੱਦ ਹੀ ਹੋ ਗਈ। ਬ੍ਰੈਂਪਟਨ ਦੇ ਇੱਕ ਸਕੂਲ ਦੇ ਬਾਹਰ ਗੋਲੀਬਾਰੀ ਹੋਈ ਹੈ, ਜਿਸ ਦੇ ਵਿੱਚ ਇੱਕ 17 ਸਾਲਾ ਪੰਜਾਬੀ ਦਾ ਨਾਮ ਸਾਹਮਣੇ ਆਇਆ, ਜੋ ਕਿ ਇਸ ਵੇਲੇ ਫਰਾਰ ਦੱਸਿਆ ਜਾ ਰਿਹਾ। ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਹੁਣ ਇਹ ਪੰਜਾਬੀ ਕੈਨੇਡਾ ਦਾ ਰਾਹ ਵੀ ਪੰਜਾਬੀਆਂ ਲਈ ਬੰਦ ਕਰਾ ਕੇ ਬੈਠਣਗੇ? ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਸਾਰੀਆਂ ਘਟਨਾਵਾਂ ਦਾ ਪੰਜਾਬੀਆਂ ਦੇ ਕੈਨੇਡਾ ਵੱਲ ਰੁੱਖ ਕਰਨ ਤੇ ਕੀ ਅਸਰ ਪਵੇਗਾ? ਕਿ ਟਰੂਡੋ ਸਰਕਾਰ ਪੰਜਾਬੀਆਂ ਦੇ ਖਿਲਾਫ ਹੀ ਕੋਈ ਐਕਸ਼ਨ ਲਵੇਗੀ? ਕਿਉਂਕਿ ਨੌਜਵਾਨ ਜੋ ਵਿਦੇਸ਼ ਦੀ ਧਰਤੀ ਤੇ ਕਰ ਰਹੇ ਨੇ, ਇਹ ਬਿਲਕੁਲ ਵੀ ਅਸੈਪਟੇਬਲ ਨਹੀਂ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ। ते नोटिफिकेशन लिए बेल आइकन वाले बटन ते क्लिक करो।